जस पंजाबी देखते सारे दर्शकों को प्यार भरी सत श्री अकाल। तुसी वेख रहे हो प्रोग्राम लॉ गाइड लाइव विद अटर्नी एट लॉ मिस्टर जसप्रीत सिंह। जसप्रीत जी साढ़े नाल एक बारी फिर इस प्रोग्राम दे विच जुड़े हैं। सब तो पहले उन्हां दा स्वागत जसप्रीत जी प्रोग्राम दे विच, तुहाडा वेलकम। जसप्रीत जी, मैं जिस तरह तुहाडे नाल शो तो पहले गल कर रही सी, अगर साडा शो डेली भी होए ना तद भी इनफॉर्मेशन सारी कवर नहीं होएगी। इन्नी ज़्यादा लीगल नूं लै के खास करके यूनाइटेड स्टेट्स विच खबरां डेली निकल रही हैं। आई थिंक यू नो जो सब तो खास करके साडी कम्यूनिटी लई जिथे इमीग्रेशन लॉ की गल आती है, तुहाडी एक्सपर्ट एक्सपर्टीज़ नूं लैके जो कल ही अनाउंस की गई आइस वालों इमीग्रेशन कस्टम्स इनफोर्समेंट एजेंसी वालों फॉरन स्टूडेंट वीज़ाज़ नूं लैके ए नवी अनाउंसमेंट, ये बारे सानू पहले दसो प्लीज़। उन्होंने ये कहा कि बेसिकली कि जेडे पहला तो देखो जिहड़ा इन्होंने हुण बैन लाया सीगा जिहदे बारे आपां गल कीती आ लास्ट प्रोग्राम च, ਉਹਦੇ ਵਿੱਚ ਇਹਨਾਂ ਨੇ ਜਿਹੜੇ ਸਰਟਨ ਵੀਜ਼ਾ ਜਿਵੇਂ H1 ਹੋ ਗਿਆ, L1 ਹੋ ਗਿਆ, ਅਤੇ ਈਵਨ ਆ ਸਟੂਡੈਂਟ ਵੀਜ਼ਾ, J ਵੀਜ਼ਾ, ਉਹਨਾਂ ਨੂੰ ਕਹਿਤਾ ਵੀ ਨਵੇਂ ਬੰਦੇ ਨਹੀਂ ਆ ਸਕਦੇ, ਉਹ ਬੰਦ ਕੀਤਾ ਇਹਨਾਂ ਨੇ ਦਸੰਬਰ ਤੱਕ। ਉਹਦੇ ਵਿੱਚ ਇਹਨਾਂ ਨੇ ਹੁਣ ਇਹ ਦੇਖਿਆ ਕਿ ਜਿਹੜੇ ਇੱਥੇ ਆਲਰੇਡੀ ਹੈਗੇ ਵੀ ਇਹਨਾਂ ਦਾ ਕੀ ਕਰਨਾ, ਸੋ ਇਹਦੇ ਵਾਸਤੇ ਇਹਨਾਂ ਨੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਟਾਰਗੇਟ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜੇ ਸਟੂਡੈਂਟਸ ਔਨਲਾਈਨ ਕੋਰਸਿਸ ਇਨਰੋਲ ਕਰਨਗੇ ਜਾਂ ਜਿਹੜਾ ਸਕੂਲ ਆ ਉਹ ਆਫਰ ਹੀ ਔਨਲਾਈਨ ਕਰੇਗਾ, ਸਟੂਡੈਂਟ ਕੋਲ ਤਾਂ ਕੋਈ ਚੋਇਸ ਨਹੀਂ ਨਾ ਹੈਗੀ ਜੇ ਔਨਲਾਈਨ ਕੋਰਸ ਹੀ ਆ। ਹੁਣ ਕਈ ਵਾਰੀ ਜਿਹੜੇ ਕਾਲਜ ਨੇ ਉਹ ਵੀ ਜਿਹੜੇ ਹੁੰਦੇ ਚੋਇਸ ਦੇ ਦਿੰਦੇ ਵੀ ਤੁਸੀਂ ਔਨਲਾਈਨ ਕਰਨਾ ਕਿ ਇਨ ਕੈਂਪਸ ਆਉਣਾ, ਤੋ ਇਹ ਕਹਿ ਰਿਹਾ ਵੀ ਜਿਹੜਾ ਔਨਲਾਈਨ ਕੋਰਸ ਕਰੇਗਾ ਕੈਂਪਸ ਤੇ ਨਹੀਂ ਜਾਏਗਾ ਵੀ ਜਿਹੜੀ ਕਲਾਸ ਰੂਮ ਸਟੱਡੀ ਨਹੀਂ ਕਰੇਗਾ ਉਹਦਾ ਜਿਹੜਾ ਸਟੂਡੈਂਟ ਵੀਜ਼ਾ ਉਹ ਅਸੀਂ ਮਤਲਬ ਵੈਲਿਡ ਨਹੀਂ ਮੰਨਾਂਗੇ ਤੇ ਉਹਨੂੰ ਵਾਪਸ ਜਾਣਾ ਪਏਗਾ ਆਪਣੀ ਕੰਟਰੀ। ਤੇ ਜੇ ਉਹ ਕਹਿੰਦੇ ਆ ਵੀ ਕੋਈ ਕਾਲਜ ਜਾਂ ਕੋਈ ਯੂਨੀਵਰਸਿਟੀ ਜਾਂ ਸਕੂਲ ਔਨਲਾਈਨ ਕਲਾਸਿਸ ਹੀ ਆਫਰ ਕਰ ਰਿਹਾ, ਉਹ ਇਹ ਕਹਿ ਰਿਹਾ ਵੀ ਸਾਡੇ ਕੋਲ ਤਾਂ ਇਨ ਜਿਹੜੀ ਹੈਗੀ ਆ ਉਹ ਕਲਾਸ ਹੈ ਹੀ ਨਹੀਂ ਹੈਗੀ ਉੱਥੇ ਕੋਈ ਕੈਂਪਸ ਤੇ, ਤਾਂ ਤੁਸੀਂ ਸਕੂਲ ਚੇਂਜ ਕਰੋ, ਉਹ ਸਕੂਲ 'ਚ ਜਾਓ ਜਿਹੜਾ ਸਕੂਲ ਤੁਹਾਨੂੰ ਇਨ ਕੈਂਪਸ ਜਿਹੜੀ ਹੈਗੀ ਆ ਉਹ ਕਲਾਸ ਲਵੇ, ਐਜੂਕੇਸ਼ਨ ਦੇਵੇ। ਹੁਣ ਜਿਹੜਾ ਉਹ ਇਨ ਕੈਂਪਸ ਵਾਲਾ ਸਕੂਲ ਆ ਇਹ ਵੀ ਪ੍ਰੋਬਲਮ ਆ ਵੀ ਹਰੇਕ ਸਕੂਲ ਜਿਹੜਾ ਹੈਗਾ ਉਹ I-20 ਇਸ਼ੂ ਨਹੀਂ ਕਰਦਾ ਇਹਨਾਂ ਨੂੰ, ਮਤਲਬ ਸਟੂਡੈਂਟ ਵੀਜ਼ੇ ਵਾਸਤੇ ਸਪੋਂਸਰ ਨਹੀਂ ਕਰਦਾ। ਸੋ ਜੇ ਉਹੋ ਜਿਹੇ ਸਕੂਲ ਚਲੇ ਜਾਣਗੇ ਜਿਹੜਾ ਇਨ ਕੈਂਪਸ ਜਿਹੜੀਆਂ ਕਲਾਸਿਸ ਆਫਰ ਕਰ ਰਿਹਾ ਪਰ ਉਹ I-20 ਇਸ਼ੂ ਹੀ ਨਹੀਂ ਕਰਦਾ ਜਿਹੜਾ ਮਤਲਬ ਸਟੂਡੈਂਟ ਵੀਜ਼ੇ ਵਾਸਤੇ ਉਹ ਸਪੋਂਸਰ ਹੀ ਨਹੀਂ ਕਰਦਾ ਤਾਂ ਉਹਦੇ 'ਚ ਕੀ ਫਾਇਦਾ ਹੋਏਗਾ ਇਹਨਾਂ ਨੂੰ। ਸੋ ਇਹ ਇੱਕ ਬੜੀ ਵੱਡੀ ਮੁਸ਼ਕਲ ਆ ਜਿਹੜੀ ਕਿ ਸਟੂਡੈਂਟ ਵੀਜ਼ੇ ਵਾਲਿਆਂ ਲਈ। ਐਂਡ ਇੱਥੇ ਇਹ ਗੱਲ ਬਹੁਤ ਆਫਕੋਰਸ ਸਾਡਾ ਇਹ ਸ਼ੋਅ ਫੋਕਸ ਕਰਦਾ ਲੀਗਲ ਪੋਲਿਸੀ 'ਤੇ ਲੀਗਲ ਜਾਣਕਾਰੀ 'ਤੇ ਅਪਡੇਟ ਸ਼ੇਅਰ ਕਰਨ ਦੇ, ਬਟ ਅੱਜ ਦੀ ਡੇਟ ਵਿੱਚ ਪੋਲੀਟਿਕਸ ਦਾ ਓਵਰਲੈਪ ਇਨ ਸਾਰੀ ਖਬਰਾਂ ਨਾਲ ਇੰਨਾ ਜ਼ਿਆਦਾ ਹੋ ਗਿਆ ਦੈਟ ਆਪਾਂ ਇਗਨੋਰ ਨਹੀਂ ਕਰ ਸਕਦੇ। ਅਤੇ ਇੱਕ ਪਾਸੇ ਯੂ ਨੋ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਕਿ ਸਕੂਲਸ ਖੋਲ੍ਹੋ ਖੋਲ੍ਹੋ ਖੋਲ੍ਹੋ, ਦੂਜੇ ਪਾਸੇ ਕੰਟਰੀ ਦੇ ਵਿੱਚ 3 ਮਿਲੀਅਨ ਤੋਂ ਵੱਧ ਪੋਜ਼ਿਟਿਵ ਕੋਵਿਡ ਕੇਸਿਸ ਹੋ ਚੁੱਕੇ ਹੈ ਫਾਲ ਵਿੱਚ, ਸਕੂਲਸ ਦੇ ਕੋਲ ਲੱਗਦਾ ਨਹੀਂ ਕਿ ਜ਼ਿਆਦਾ ਆਪਸ਼ਨਸ ਹੋਣੀ ਹੈ ਜਿੱਥੇ ਇਨ ਪਰਸਨ ਤੁਸੀਂ ਖੋਲ੍ਹ ਰਹੇ ਹੋ ਕੈਂਪਸਿਸ ਨੂੰ ਵਰਸਿਸ ਔਨਲਾਈਨ, ਬਟ ਲੱਗਦਾ ਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਵਿਕਟਮ ਇਹ ਫੋਰਨ ਸਟੂਡੈਂਟਸ ਬਣਨਗੇ ਜਿਨ੍ਹਾਂ ਨੂੰ ਨਾ ਇੱਥੇ ਨਾ ਉੱਥੇ, ਉਹਨਾਂ ਦੇ ਕੋਲ ਕੀ ਚੱਲ ਰਿਹਾ ਅਗਰ ਉਹ ਇਸ ਪੋਲਿਸੀ ਦੇ ਨਾਲ ਨਹੀਂ ਅਬਾਈਡ ਕਰਦੇ, ਤਾਂ ਆਈਸ ਕੀ ਕਰ ਸਕਦੀ ਹੈ ਉਹਨਾਂ ਦੇ ਨਾਲ? ਉਹ ਦੇਖੋ ਅੱਜ ਵੀ ਖਬਰ ਆ ਰਹੀ ਸੀਗੀ ਕਿ ਜਿਹੜਾ ਫਲੋਰਿਡਾ ਦੇ ਵਿੱਚ ਹੁਣ ਜਿਵੇਂ ਕੇਸਿਸ, ਤੁਹਾਨੂੰ ਪਤਾ ਵੀ ਜਿਹੜਾ ਹੁਣ ਨਵਾਂ ਅੱਜ ਕੱਲ੍ਹ ਐਪੀ ਸੈਂਟਰ ਹੈ ਤਾਂ ਫਲੋਰਿਡਾ ਅਤੇ ਟੈਕਸਸ ਆ ਅਤੇ ਐਰੀਜ਼ੋਨਾ, ਅਤੇ ਫਲੋਰਿਡਾ ਦੇ ਵਿੱਚ ਜਿਹੜੇ ਯੰਗ ਬੰਦੇ ਨੇ ਜਿਹੜੇ ਕਿ ਸਟੂਡੈਂਟਸ ਨੇ ਜਾਂ 21 ਸਾਲ ਤੋਂ ਘੱਟ ਆ ਉਹ ਜਿਹੜੇ ਕੋਵਿਡ ਦੇ ਸ਼ਿਕਾਰ ਨੇ ਉਹ ਜਾਂਦੇ ਆ, ਉਹਨਾਂ ਦਾ ਜਦੋਂ ਐਗਜ਼ਾਮਿਨ ਕਰਦੇ ਨੇ ਲੰਗਸ ਅਤੇ ਕਈਆਂ ਨੂੰ ਜਿਹੜਾ ਪਰਮਾਨੈਂਟ ਲੰਗ ਡੈਮੇਜ ਆ ਜਿਹੜਾ ਕਿ ਮਤਲਬ ਗਾਂ ਨੂੰ ਹੀਲ ਹੀ ਨਹੀਂ ਹੋ ਸਕਦਾ, ਸੋ ਇਹ ਆਪਾਂ ਨਹੀਂ ਕਹਿ ਸਕਦੇ ਹੈਗੇ ਕਿ ਜਿਹੜੇ ਯੰਗ ਬੰਦੇ ਨੇ ਉਹਨਾਂ ਨੂੰ ਤਾਂ ਕੋਵਿਡ ਹੋਣਾ ਹੀ ਨਹੀਂ, ਠੀਕ ਹੈ ਨਾ। ਸੋ ਹਾਲਾਂਕਿ ਜਿਹੜੇ ਮਤਲਬ ਕਾਲਜ ਜਾਂਦੇ ਨੇ ਉਹ ਤਾਂ ਇੰਨੇ ਯੰਗ ਵੀ ਹੈ ਨਹੀਂ, ਉਹ ਕੋਈ ਬੱਚੇ ਦਾ ਹੈ ਨਹੀਂ ਗਏ, ਉਹ ਤਾਂ ਮਤਲਬ ਇਹਦੇ 20s ਨੇ ਅਤੇ ਉਹ ਉਹਨਾਂ ਨੂੰ ਜਿਹੜਾ ਕੋਵਿਡ ਆ ਉਹ ਤਾਂ ਮਤਲਬ ਜੇ ਹੋ ਗਿਆ ਜਾਂ ਉਹਨਾਂ ਦੇ ਜਿਹੜੇ ਹੈਗੇ ਟੀਚਰਸ ਨੂੰ ਹੋ ਗਿਆ ਪ੍ਰੋਫੈਸਰਸ ਨੂੰ ਉਹ ਖਤਰਾ ਹੈ ਹੀ, ਅਤੇ ਜਿਹੜਾ ਫੋਰਨ ਸਟੂਡੈਂਟ ਵਿਚਾਰਾ ਉਹਦੇ ਕੋਲ ਤਾਂ ਮੈਨਾਂ ਦਾ ਹੈਲਥ ਇੰਸ਼ੋਰੈਂਸ ਵੀ ਉਹੀ ਹੁੰਦੀ ਆ, ਉਹ ਤਾਂ ਇਲਾਜ ਵੀ ਨਹੀਂ ਕਰਾ ਸਕਦਾ ਆਪਣਾ, ਸੋ ਇਸ ਕਰਕੇ ਉਹਨਾਂ ਵਾਸਤੇ ਇਹ ਮਤਲਬ ਕਾਫੀ ਮੁਸ਼ਕਲ ਆ। ਤੇ ਇਹਨਾਂ ਦੇ ਜਿਹੜੇ ਨਵੇਂ ਰੂਲ ਨੇ ਉਹਦੇ ਮੁਤਾਬਕ ਜੇ ਬੰਦਾ ਕੋਈ ਉਸ ਜਿਹੜੀ ਸਿਚੁਏਸ਼ਨ ਹੈਗੀ ਉਹਦੇ ਵਿੱਚ ਇਨ ਪਰਸਨ ਕਲਾਸਿਸ ਨਹੀਂ ਲਏਗਾ ਤਾਂ ਉਹਨੂੰ ਇਹ ਡਿਪੋਰਟ ਵੀ ਕਰ ਸਕਦੇ ਇੱਥੋਂ ਜੀ, ਤੇ ਇਸ ਕਰਕੇ ਉਹਨੂੰ ਤਾਂ ਕੋਈ ਚੋਇਸ ਨਹੀਂ, ਜਾਂ ਤਾਂ ਇਨ ਪਰਸਨ ਕਲਾਸਿਸ ਲੈਣੀਆਂ ਪੈਣਗੀਆਂ ਤੇ ਜਾਂ
ਸਕੂਲ ਚੇਂਜ ਕਰਨਾ ਪਏਗਾ ਤੇ ਜਾ ਵਾਪਸ ਜਾਣਾ ਪਏਗਾ। ਸੋ ਹਾਰਸ਼ ਹੈ, ਮਤਲਬ ਕਾਫੀ ਹਾਰਸ਼ ਹੈ। ਤੇ ਨਾਲੇ ਜਿਹੜੇ ਸਕੂਲ ਜਿਹੜਾ ਇਨ ਪਰਸਨ ਕਲਾਸ ਆਫਰ ਕਰਦਾ, ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਆ, ਉਹ ਜ਼ਰੂਰੀ ਥੋੜ੍ਹੀ ਆ ਵੀ ਸਟੂਡੈਂਟ ਵੀਜ਼ੇ ਲਈ ਸਪੌਂਸਰ ਕਰੇ। ਫੇਰ ਵੀ ਹੋ ਸਕਦਾ ਕਿ ਉਹ ਕਵੇ ਕਿ ਸਾਡੀ ਪਾਲਿਸੀ ਨਹੀਂ ਹੈਗੀ, ਅਸੀਂ ਸਟੂਡੈਂਟ ਵੀਜ਼ੇ ਲਈ ਕਰਦੇ ਹੀ ਨਹੀਂ। ਸੋ ਇਹੋ ਜਿਹੇ ਬਹੁਤ ਇੱਦਾਂ ਦੇ ਸਕੂਲ ਹੈਗੇ ਜਿਹੜੇ ਕਿ ਸਟੂਡੈਂਟ ਵੀਜ਼ੇ ਵਾਸਤੇ ਸਪੌਂਸਰ ਨਹੀਂ ਕਰਦੇ, ਉਹ I-20 ਫਾਰਮ ਨਹੀਂ ਦਿੰਦੇ। ਸੋ ਇਸ ਕਰਕੇ ਉਹ ਜੇ ਹੋਵੇ ਤਾਂ ਫਿਰ ਉਹ ਕਿੱਥੇ ਜਾਣ। ਸੋ ਇਸ ਕਰਕੇ ਉਹਨਾਂ ਲਈ ਕਾਫੀ ਜ਼ਿਆਦਾ ਮਤਲਬ ਹਾਰਸ਼ ਹੈ। ਐਂਡ ਅਗਰ ਆਪਾਂ ਇਕਨੋਮੀ ਦੀ ਵੀ ਗੱਲ ਕਰਦੇ ਹਾਂ, ਐਂਡ ਵਾਂਸ ਅਗੇਨ ਜਸਪ੍ਰੀਤ ਜੀ, ਯੂ ਨੋ ਤੁਹਾਡਾ ਲੀਗਲ ਐਕਸਪਰਟੀਜ਼ ਤੁਸੀਂ ਸ਼ੇਅਰ ਕਰੋ, ਬਟ ਮੈਂ ਜ਼ਰੂਰ ਤੁਹਾਡਾ ਓਪੀਨੀਅਨ ਇਸ ਚੀਜ਼ ਬਾਰੇ ਪੁੱਛਣਾ ਚਾਹਾਂਗੀ। ਇੱਕ ਪਾਸੇ ਤਾਂ ਯੂਨਾਈਟਿਡ ਸਟੇਟਸ ਦੀ ਇਕਨੋਮੀ ਇੰਨੀ ਸਟਰਗਲ ਕਰ ਰਹੀ ਹੈ, ਉਹਦੇ ਵਿੱਚ ਸੰਸਥਾਵਾਂ ਜਿਸ ਤਰ੍ਹਾਂ ਵੱਡੇ ਸਕੂਲ ਇੰਸਟੀਟਿਊਸ਼ਨਸ ਵੀ ਇੰਕਲੂਡਿਡ ਹਨ, ਦੂਜੇ ਪਾਸੇ ਇਨ ਸਕੂਲਸ ਦੇ ਵਿੱਚ ਜਿੱਥੇ ਇੰਨਾ ਜ਼ਿਆਦਾ ਰੈਵਨਿਊ ਇੰਟਰਨੈਸ਼ਨਲ ਸਟੂਡੈਂਟਸ ਤੋਂ ਆਉਂਦਾ, ਆਈ ਥਿੰਕ ਲਾਸਟ ਈਅਰ ਵਾਸ ਲਾਈਕ $44 billion ਐਡਡ ਟੂ ਦ US ਇਕਾਨਮੀ ਫਰੋਮ ਇੰਟਰਨੈਸ਼ਨਲ ਸਟੂਡੈਂਟਸ। ਉਹਨਾਂ ਦਾ ਕੀ ਬਣੂਗਾ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਉਹਨਾਂ ਸਕੂਲਸ ਨੂੰ ਅਟੈਂਡ ਹੀ ਨਹੀਂ ਕਰ ਸਕਦੇ ਜਾਂ ਇੱਕ ਸਾਲ ਲਈ ਡਿਫਰ ਕਰ ਰਹੇ ਹੈ? ਹਾਂ, ਉਹ ਤਾਂ ਹੈ ਹੀ ਹੈ, ਕਿਉਂਕਿ ਜਦੋਂ ਤੁਸੀਂ ਸਕੂਲ ਅਟੈਂਡ ਨਹੀਂ ਕਰ ਸਕਦੇ, ਤੁਹਾਡੀ ਜਿਹੜੀ ਡਿਗਰੀ ਉਹਨੀ ਲੇਟ ਹੋਏਗੀ। ਉਦੋਂ ਇਲਾਵਾ ਤੁਹਾਨੂੰ ਜਿਹੜੀਆਂ ਅੱਗੇ ਪਤਾ ਨਹੀਂ ਸਟੂਡੈਂਟ ਵੀਜ਼ੇ ਦੀ ਮਿਆਦ ਕਿੰਨੀ ਹੈ, ਜਿਵੇਂ ਕਈਆਂ ਦੀ ਜਿਹੜੀ ਹੁੰਦੀ ਆ ਉਹ ਐਕਸਪਾਇਰ ਹੀ ਹੋਣ ਵਾਲਾ ਹੁੰਦਾ, ਜਾਂ ਕਈਆਂ ਨੂੰ ਦਾ ਜਿਹੜੀ ਪੜ੍ਹਾਈ ਖਤਮ ਹੋ ਗਈ ਉਹ OPT ਤੇ ਜਾਣਾ ਚਾਹੁੰਦੇ, ਜਿਹੜਾ ਹੁੰਦਾ ਵਰਕ ਪਰਮਿਟ, ਉਹ ਨਹੀਂ ਮਿਲੇਗਾ। ਸੋ ਇਹਦਾ ਹੁਣ ਜੇ ਉਹ ਆਪਣੀ ਡਿਗਰੀ ਪੂਰੀ ਨਹੀਂ ਕਰਨਗੇ ਤੇ ਉਹਦੇ ਬਾਅਦ ਜੋਬ ਕਿੱਦਾਂ ਕਰ ਸਕਦੇ ਆ? ਸੋ ਇਹ ਸਾਰਾ ਹੀ ਇਹ ਚੇਨ ਨਾਲ। ਇਸ ਤੋਂ ਇਲਾਵਾ ਸ਼ਮਿਤਾ ਜੀ, ਜਿਹੜੀ USCIS ਆ, ਜਿਹੜੀ ਇਮੀਗ੍ਰੇਸ਼ਨ ਸਰਵਿਸ ਇਹਨੂੰ ਸਾਰਾ ਕਰਦੀ ਆ, ਉਹਨਾਂ ਨੇ ਇਹ ਕਿਹਾ ਕਿ ਜੇ ਸਾਨੂੰ ਅਗਸਤ ਤੱਕ $1.2 billion ਨਾ ਦਿੱਤਾ ਕਾਂਗਰਸ ਨੇ, ਤਾਂ ਸਾਡੇ ਕਾਫੀ ਜ਼ਿਆਦਾ ਬੰਦੇ ਜਿਹੜੇ ਨੇ ਉਹ ਅਸੀਂ ਲੀਵ ਤੇ ਭੇਜ ਦੇਣੇ ਆ, ਫਰਲੋ ਕਰ ਦੇਣੇ ਆ। ਤੇ ਕਾਫੀ ਜਿਹੜੇ ਉਹਨਾਂ ਦੇ ਆਫਿਸਰਸ ਨੇ ਉਹਨਾਂ ਨੂੰ ਨੋਟਿਸ ਮਿਲਣੇ ਸ਼ੁਰੂ ਵੀ ਹੋ ਗਿਆ ਕਿ ਤੁਹਾਨੂੰ 1-2 ਮਹੀਨੇ ਲਈ ਲੀਵ ਤੇ ਜਾਣਾ ਪਏਗਾ ਵਿਦਆਊਟ ਪੇ। ਸੋ ਉਹ ਜੇ ਲੀਵ ਤੇ ਚਲੇ ਜਾਂਦੇ ਆ ਤਾਂ ਉਹਦੇ ਨਾਲ ਹੋਰ ਬੈਕਲੌਗ ਵਧੇਗਾ, ਜਿਹੜੀਆਂ ਐਪਲੀਕੇਸ਼ਨਾਂ ਨੇ ਉਹਨਾਂ 'ਚ ਡਿਲੇ ਹੋਏਗੀ, ਕਿਉਂਕਿ ਉਹ ਇਹ ਕਹਿ ਰਹੇ ਆ ਕਿ ਜਿਹੜੀ ਇਹਦੀ ਪ੍ਰੋਸੈਸਿੰਗ ਫੀਸ ਆ ਉਹ ਇੰਨੀਆਂ ਘੱਟ ਐਪਲੀਕੇਸ਼ਨਾਂ ਆਹ ਸਾਲ ਪ੍ਰੋਸੈਸ ਹੋਈਆਂ ਜਾਂ ਫੀਸ ਘੱਟ ਆਈ ਆ ਵੀ ਸਾਡਾ ਆਪਣਾ ਖਰਚਾ ਨਹੀਂ ਚੱਲ ਸਕਦਾ। ਸੋ ਇਹ ਜਿਹੜੀਆਂ ਪਾਲਿਸੀਜ਼ ਨੇ ਉਹਦੇ ਕਰਕੇ ਉਹ ਇਫੈਕਟ ਹੋਏ ਆ, ਉਹਦੇ ਕਰਕੇ ਜਿਹੜੇ ਬੰਦੇ ਲੇ ਆਫ ਹੋਣਗੇ ਵਿਦਆਊਟ ਪੇ, ਉਹਨਾਂ ਦੀਆਂ ਫੈਮਿਲੀਜ਼ ਇਫੈਕਟ ਹੋਣਗੀਆਂ। ਇਹਦੇ ਨਾਲ ਨਾਲ ਜਿਹੜੀ ਡਿਲੇ ਹੈਗੀ ਆ ਬੈਨ ਕਰਕੇ, ਹੁਣ ਜਿਵੇਂ ਕੋਈ ਬੰਦਾ 2005 'ਚ ਅਪਲਾਈ ਕੀਤਾ, ਉਹ ਉਡੀਕ ਰਿਹਾ ਵੀ ਮੇਰੀ ਵਾਰੀ ਆਏਗੀ, ਤੇ ਉਹਨੂੰ ਹੋ ਗਏ 14-15 ਸਾਲ ਉਡੀਕਦੇ ਨੂੰ, ਤੇ ਉਹਨੂੰ ਪਤਾ ਲੱਗਿਆ ਵੀ ਇਹਦਾ ਦਸੰਬਰ ਤੱਕ ਵੱਧ ਗਿਆ ਤੇ ਗਾਹ ਹੁਣ ਪਤਾ ਨਹੀਂ ਕਦੋਂ ਆਉਣਾ, ਤੇ ਉਹ ਵੀ ਇੱਕ ਸਾਰੀ ਜਾਣੀ ਕਿ ਮਤਲਬ ਕਾਫੀ ਜ਼ਿਆਦਾ ਡਿਸਅਪਾਇੰਟਮੈਂਟ ਹੈਗੀ ਆ ਲੋਕਾਂ ਦੀ। ਸੋ ਇਹ ਸਾਰਾ ਹੈਗਾ ਇਸ ਤੇ। ਇਹਦੇ ਨਾਲ ਨਾਲ ਤੁਹਾਨੂੰ ਮੈਂ ਦੋ ਚੀਜ਼ਾਂ ਦੱਸਦਾ, ਇੱਕ ਤਾਂ ਜਿਹੜੀਆਂ ਨਾ ਇਮੀਗ੍ਰੇਸ਼ਨ ਕੋਰਟ ਦੀਆਂ ਹੀਅਰਿੰਗਸ ਨੇ। ਹਾਂਜੀ ਜਸਪ੍ਰੀਤ ਜੀ, ਤੁਸੀਂ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਕੋਰਟ ਹੀਅਰਿੰਗਸ ਬਾਰੇ ਵੀ ਤੇ ਇੱਕ ਸੁਪਰੀਮ ਕੋਰਟ ਦਾ ਵੀ ਡਿਸੀਜਨ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ, ਬਟ ਇੱਕ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕ ਲੈਂਦੇ, ਤੁਸੀਂ ਕਿੱਥੇ ਨਾ ਜਾਓ। ਵਿਊਅਰਸ, ਤੁਸੀਂ ਵੀ ਸਾਡੇ ਨਾਲ ਜੁੜੇ ਰਹੋ, ਪ੍ਰੋਗਰਾਮ ਬਿਲਕੁਲ ਲਾਈਵ ਆ ਰਿਹਾ, ਬਟ ਕਿਉਂਕਿ ਇਨਫੋਰਮੇਸ਼ਨ ਇੰਨੀ ਜ਼ਿਆਦਾ ਹੈ ਸ਼ੇਅਰ ਕਰਨੀ ਤੁਹਾਡੇ ਨਾਲ, ਇਸ ਕਰਕੇ ਆਪਾਂ ਕਾਲਾਂ ਨਹੀਂ ਲੈ ਰਹੇ ਹਾਂ, ਬਟ ਤੁਸੀਂ ਜ਼ਰੂਰ ਡਾਇਰੈਕਟਲੀ ਜਸਪ੍ਰੀਤ ਜੀ ਨੂੰ ਕੰਟੈਕਟ ਕਰ ਸਕਦੇ ਹੋ। ਕਨਵਰਸੇਸ਼ਨ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲਾਅ ਗਾਈਡ ਲਾਈਵ ਵਿਦ ਅਟਰਨੀ ਐਟ ਲਾਅ ਮਿਸਟਰ ਜਸਪ੍ਰੀਤ ਸਿੰਘ, ਜੋ ਸਾਨੂੰ ਜੁਆਇਨ ਕਰੇ ਕੈਲੀਫੋਰਨੀਆ ਤੋਂ। ਜਸਪ੍ਰੀਤ ਜੀ, ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ, ਭਾਵੇਂ ਇਹ ਪ੍ਰੋਗਰਾਮ ਬਿਲਕੁਲ ਲਾਈਵ ਜਾ ਰਿਹਾ, ਅਨਫੋਰਚੁਨੇਟਲੀ ਬਿਕਾਜ਼ ਇੰਨੀ ਜ਼ਿਆਦਾ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਤੁਹਾਡੀ ਲਾਈਵ ਕਾਲਾਂ ਨਹੀਂ ਲੈ ਸਕਦੇ, ਬਟ ਤੁਸੀਂ ਸਕਰੀਨ 'ਤੇ ਲਿਖੇ ਨੰਬਰਸ ਨੂੰ ਯੂਜ਼ ਕਰਕੇ ਜਸਪ੍ਰੀਤ ਜੀ ਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ। ਉਹਨਾਂ ਦੇ ਆਫਿਸਿਸ ਨੇਸ਼ਨ ਵਾਈਡ, ਖਾਸ ਕਰਕੇ ਕੈਲੀਫੋਰਨੀਆ ਅਤੇ ਨਿਊਯਾਰਕ ਵਿੱਚ ਕਲਾਇੰਟਸ ਨੂੰ ਸਰਵ ਕਰਦੇ ਅਤੇ ਪੂਰੀ ਜਾਣਕਾਰੀ ਰੱਖਦੇ ਇਮੀਗ੍ਰੇਸ਼ਨ ਲਾਅ ਅਤੇ ਵੱਖ ਵੱਖ ਹੋਰ ਲਾਅ ਫੀਲਡਸ ਨੂੰ। ਜਸਪ੍ਰੀਤ ਜੀ, ਤੁਸੀਂ ਇਸ ਨਵੀਂ F1 ਜਾਂ ਫੋਰਨ ਸਟੂਡੈਂਟ ਵੀਜ਼ਾ ਨੂੰ ਲੈ ਕੇ ਜੋ ICT ਅਨਾਊਂਸਮੈਂਟ ਹੈ ਉਹਦੇ ਬਾਰੇ ਕਾਫੀ ਗਹਿਰਾਈ 'ਚ ਸਾਨੂੰ ਦੱਸਿਆ, ਬਟ ਹੋਰ ਕਾਫੀ ਅਪਡੇਟਸ ਹਨ ਲੀਗਲ ਵਰਲਡ ਦੇ ਵਿੱਚ, ਜਿੱਥੇ ਕੋਰਟਸ ਦੀ ਡੇਟਸ ਹਨ, ਜਿੱਥੇ ਸੁਪਰੀਮ ਕੋਰਟ ਦੇ ਡਿਸੀਜਨ ਹਨ। ਮੈਂ ਦਰਖਾਸਤ ਕਰਾਂਗੀ ਤੁਸੀਂ ਇਹਨਾਂ ਦੇ ਬਾਰੇ ਵੀ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ। ਇੱਕ ਤਾਂ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਨੇ ਉਹਨਾਂ ਦੀਆਂ ਜਿਹੜੀਆਂ ਨਾਨ ਡਿਟੇਨਡ ਹੀਅਰਿੰਗਸ ਨੇ, ਜਿਹੜੇ ਬੰਦੇ ਜੇਲ੍ਹਾਂ 'ਚ ਨਹੀਂ ਹੈਗੇ ਬਾਹਰ ਆ, ਜਿੱਥੇ ਕਿ ਪੋਲੀਟੀਕਲ ਸੈਲਮ ਦੇ ਜ਼ਿਆਦਾ ਕੇਸ ਚੱਲਦੇ ਆ, ਉਹ ਨਿਊਯਾਰਕ ਅਤੇ ਕੈਲੀਫੋਰਨੀਆ ਦੀਆਂ ਜਿਹੜੀਆਂ ਕੋਰਟਸ ਹੈਗੀਆਂ ਉਹਨਾਂ ਦੀਆਂ ਡੇਟਸ ਜਿਹੜੀਆਂ ਨੇ ਉਹ ਹੁਣ ਚੇਂਜ ਹੋ ਗਈਆਂ, ਅਤੇ ਉਹ 24 ਜੁਲਾਈ ਤੱਕ ਜਿਹੜੀਆਂ ਡੇਟਸ ਨੇ ਉਹ ਸਾਰੀਆਂ ਪੋਸਟਪੋਨ ਹੋ ਗਈਆਂ, ਉਸ ਤੋਂ ਬਾਅਦ ਦੁਬਾਰਾ ਡੇਟਸ ਆਣਗੀਆਂ। ਜਿਹੜੀ ਨਿਊਯਾਰਕ ਨਿਊਜਰਸੀ ਦੀ ਕੋਰਟ ਆ, ਅਤੇ ਜਿਹੜੀ ਡਿਟਰੋਇਟ ਮਿਸ਼ੀਗਨ ਦੀ ਕੋਰਟ ਆ, ਅਤੇ ਕਲੀਵਲੈਂਡ ਦੀ, ਇਹ 13 ਤਰੀਕ ਤੋਂ ਜਿਵੇਂ ਆਹ ਜਿਹੜਾ ਮੰਡੇ ਆ ਰਿਹਾ ਇਹ ਤੋਂ ਉੱਥੇ ਕੰਮ ਸ਼ੁਰੂ ਹੋ ਜਾਏਗਾ। ਪਰ ਜਿਹੜਾ ਨਿਊਯਾਰਕ ਆ ਉਹਦੀਆਂ ਜਿਹੜੀਆਂ ਕੋਰਟਸ ਨੇ, ਬੈਰਿਕ ਸਟਰੀਟ ਹੋ ਗਿਆ, 26 ਫੈਡਰਲ ਪਲਾਜ਼ਾ ਹੋ ਗਿਆ, ਜਾਂ ਜਿਹੜੀਆਂ ਕੈਲੀਫੋਰਨੀਆ ਦੇ ਕੋਰਟਸ ਨੇ ਸੈਨ ਫਰਾਂਸਿਸਕੋ ਹੋ ਗਈਆਂ, ਐਲ ਏ ਏਰੀਆ ਦੀਆਂ ਹੋ ਗਈਆਂ, ਜਾਂ ਜਿਹੜੀ ਸੈਕਰਾਮੈਂਟੋ ਆ, ਇਹ ਸਾਰੀਆਂ ਜਿਹੜੀਆਂ ਨੇ ਇਹਨਾਂ ਦੀ ਜਿਹੜੀਆਂ ਹੀਅਰਿੰਗਸ ਨੇ ਉਹ 24 ਤੱਕ ਪੋਸਟਪੋਨ ਆ। ਸੋ 24 ਤੋਂ ਬਾਅਦ ਹੁਣ ਜਿਹੜੀਆਂ ਨਵੀਆਂ ਡੇਟਸ ਆਉਣਗੀਆਂ ਉਹਨਾਂ ਦੀਆਂ,
ਤੇ ਬਾਕੀ ਜੇ ਕੋਈ ਨਵੀਂ ਅਪਡੇਟ ਆ ਅਗਲੇ ਵੀਕ ਦੱਸਾਂਗੇ ਜੀ। ਜਿਹੜਾ ਇਹਦੇ ਨਾਲ ਸੁਪਰੀਮ ਕੋਰਟ ਦਾ ਆਪਾਂ ਗੱਲ ਕਰ ਰਹੇ ਆ ਇਹ ਇੱਕ ਉਸ ਤੋਂ ਇਲਾਵਾ ਇੱਕ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਾਲਿਸੀ ਬਣਾਈ ਸੀਗੀ ਕਿ ਜਿਹੜੇ ਅਸਾਈਲਮ ਇੱਥੇ ਕਰਦੇ ਆ ਕੇ ਜਿਹੜੇ ਬੰਦੇ ਮਤਲਬ ਜੇਲ੍ਹਾਂ 'ਚ ਆਉਂਦੇ ਜਿਵੇਂ ਅਨਡਾਕੂਮੈਂਟਡ ਆਉਂਦੇ ਸਦਰਨ ਬਾਰਡਰ ਤੋਂ ਫੜੇ ਜਾਂਦੇ ਆ ਉਹਨਾਂ ਵਾਸਤੇ ਇੱਕ ਥਰਡ ਕੰਟਰੀ ਰੂਲ ਬਣਾਇਆ ਸੀ ਪਿਛਲੇ ਸਾਲ ਜੀ। ਉਹ 'ਚ ਉਹਨਾਂ ਨੇ ਕਿਹਾ ਸੀ ਵੀ ਉਹਦੇ ਮੁਤਾਬਕ ਉਹ ਲੋਕ ਜਿਹੜੇ ਆ ਉਹ ਪਹਿਲਾਂ ਕਿਸੇ ਹੋਰ ਕੰਟਰੀ 'ਚ ਅਸਾਈਲਮ ਅਪਲਾਈ ਕਰਨ ਵੀ ਜੇ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਮਤਲਬ ਥਰੂ ਮੈਕਸੀਕੋ ਆਏ ਆ ਜਾਂ ਕਿਸੇ ਹੋਰ ਕੰਟਰੀ ਰਾਹੀਂ ਆਏ ਆ ਅਰਜਨਟੀਨਾ ਰਾਹੀਂ ਆਏ ਆ ਬ੍ਰਾਜ਼ੀਲ ਰਾਹੀਂ ਆਏ ਆ ਤਾਂ ਉਹਨਾਂ ਮੁਲਕਾਂ ਦੇ ਵਿੱਚ ਅਪਲਾਈ ਕਰਨ ਤੇ ਜੇ ਉੱਥੇ ਨਹੀਂ ਬਣਦਾ ਫਿਰ ਇੱਥੇ ਆਉਣ। ਉਹ ਜਿਹੜੀ ਇੱਕ ਡਿਸਟ੍ਰਿਕਟ ਕੋਰਟ ਆ ਉਹਨੇ ਉਹ ਰੂਲ ਤੋੜ ਦਿੱਤਾ ਉਹਨੇ ਕਹਿਤਾ ਵੀ ਜਿਹੜੀ ਇਹ ਰੂਲ ਇਲੀਗਲ ਆ ਕਿਉਂਕਿ ਇਹ ਜਿਹੜਾ ਰੂਲ ਹੈ ਇਹ ਬੇਸਿਕਲੀ ਜਿਹੜਾ ਲਾਅ ਆ ਇਮੀਗ੍ਰੇਸ਼ਨ ਦਾ ਉਹਦੇ ਵਿੱਚ ਨਹੀਂ ਲਿਖਿਆ ਹੋਇਆ ਜਿਹੜਾ ਐਕਟ ਹੈਗਾ ਜਿਹਦੇ ਅੰਡਰ ਅਸਾਈਲਮ ਅਪਲਾਈ ਹੁੰਦਾ ਉਹਦੇ ਅੰਡਰ ਨਹੀਂ ਹੈਗਾ ਕਿ ਤੁਸੀਂ ਪਹਿਲਾਂ ਕਿਸੇ ਹੋਰ ਕੰਟਰੀ 'ਚ ਅਪਲਾਈ ਕਰੋ ਅਤੇ ਫਿਰ ਇੱਥੇ ਕਰੋ। ਜਿਹੜਾ ਅਮੈਰੀਕਾ ਆ ਗਿਆ ਉਹਨੂੰ ਇਹ ਅਪਰੂਵ ਕਰਨ ਦੀ ਲੋੜ ਨਹੀਂ ਵੀ ਕਿਸੇ ਹੋਰ ਕੰਟਰੀ 'ਚ ਉਹਨੇ ਕਿਉਂ ਨਹੀਂ ਕੀਤਾ। ਸੋ ਇਹ ਉਹਨਾਂ ਨੇ ਇਹ 'ਤੇ ਸਟੇ ਲਾਤੀ ਹੈ ਅਤੇ ਇਹ ਹੁਣ ਦੇਖਦੇ ਐਡਮਿਨਿਸਟ੍ਰੇਸ਼ਨ ਅਪੀਲ ਕਰਦੀ ਹੈ ਜਾਂ ਕੀ ਕਰਦੀ ਹੈ ਅਤੇ ਲਾਈ ਵੀ ਉਹਨੇ ਆ ਜਿਹੜੇ ਜੱਜ ਨੂੰ ਪ੍ਰੈਜੀਡੈਂਟ ਟਰੰਪ ਨੇ ਅਪੁਆਇੰਟ ਕੀਤਾ ਸੀ 2017 'ਚ ਜੀ। ਇਹਨਾਂ ਨੇ ਅਪੁਆਇੰਟ ਕੀਤਾ ਸੀ ਅਤੇ ਉਹਨੇ ਹੀ ਮਤਲਬ ਇਹਨੂੰ ਕਿਹਾ ਵੀ ਇਹ ਇਲੀਗਲ ਨਹੀਂ ਹੈਗਾ। ਤੇ ਇਹਦੇ ਨਾਲ ਨਾਲ ਜਿਹੜੇ ਇਮੀਗ੍ਰੇਸ਼ਨ ਜੱਜਸ ਨੇ ਇੱਥੇ ਜਿਹੜੇ ਇਮੀਗ੍ਰੇਸ਼ਨ ਦੇ ਕੇਸ ਹੁੰਦੇ ਇਹਨਾਂ ਦੀ ਇੱਕ ਯੂਨੀਅਨ ਆ ਜੀ ਉਹਨੇ ਵੀ ਕੇਸ ਕੀਤਾ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਜੀ ਕਿ ਜਿਹੜੇ ਕੋਵਿਡ ਦੇ ਰਿਲੇਟਡ ਓਪਨਿੰਗਸ ਨੇ ਜਾਂ ਹੋਰ ਗੱਲਾਂ ਨੇ ਵੀ ਸਾਡਾ ਰਾਈਟ ਹੈਗਾ ਐਜ਼ ਸਿਟੀਜ਼ਨਸ ਹਾਲਾਂਕਿ ਅਸੀਂ ਗਵਰਨਮੈਂਟ ਇੰਪਲੋਈਜ਼ ਆ ਬਟ ਵੀ ਸਟਿਲ ਹੈਵ ਅ ਰਾਈਟ ਟੂ ਸਪੀਕ ਜੀ। ਇਸ ਕਰਕੇ ਸਾਡੀ ਜਿਹੜੀ ਉਹ ਗੱਲ ਨਹੀਂ ਸੁਣੀ ਜਾਂਦੀ ਤੇ ਉਹਨਾਂ ਨੇ ਵੀ ਇਹਨਾਂ ਦੇ ਅਗੇਂਸਟ ਆਪਣੀ ਐਡਮਿਨਿਸਟ੍ਰੇਸ਼ਨ ਦੇ ਹੀ ਕੇਸ ਕੀਤਾ ਇਮੀਗ੍ਰੇਸ਼ਨ ਜੱਜਸ ਦੀ ਯੂਨੀਅਨ ਨੇ। ਓਕੇ ਤੇ ਉਹਦਾ ਹੁਣ ਆਪਾਂ ਦੇਖਾਂਗੇ ਵੀ ਉਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ। ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਉਹ ਡਿਸੀਜਨ ਬੇਸਿਕਲੀ ਇਹ ਹੈਗਾ ਕਿ ਜਿਹੜੇ ਇੱਥੇ ਜਦੋਂ ਇਲੈਕਸ਼ਨ ਹੁੰਦੀ ਆ ਉਸ ਤੋਂ ਬਾਅਦ ਆਪਾਂ ਵੋਟ ਪਾਉਂਦੇ ਹਾਂ ਤੇ ਕਿਸੇ ਕੈਂਡੀਡੇਟ ਨੂੰ ਇੱਕ ਇਲੈਕਟੋਰਲ ਕਾਲਜ ਬਣਾਇਆ ਜਾਂਦਾ ਜੀ ਤੇ ਜਿਹੜੇ ਇਲੈਕਟੋਰਲ ਕਾਲਜ ਦੇ ਜਿਹੜੇ ਬੰਦੇ ਜਿੱਤਦੇ ਆ ਉਹ ਵੋਟ ਦੇ ਮੁਤਾਬਕ ਜਿੱਤਦੇ ਆ। ਜਿਵੇਂ ਹੁਣ ਜਿਹੜੀ ਸਟੇਟ ਦੇ ਵਿੱਚ ਫਰਜ਼ ਕਰੋ ਇੱਕ ਕੈਂਡੀਡੇਟ ਨੂੰ ਜਿਵੇਂ ਹੁਣ ਕਿਸੇ ਸਟੇਟ ਦੇ ਵਿੱਚ ਪ੍ਰੈਜੀਡੈਂਟ ਟਰੰਪ ਜਿੱਤਦੇ ਆ ਤਾਂ ਜਿਹੜੇ ਇਲੈਕਟੋਰਲ ਕਾਲਜ ਉੱਥੋਂ ਦੇ ਹੋਣਗੇ ਮੈਂਬਰਸ ਮਤਲਬ ਪ੍ਰੈਜੀਡੈਂਟ ਟਰੰਪ ਦੇ ਉਹ ਮਤਲਬ ਇਹਨਾਂ ਦੇ ਫੇਵਰ 'ਚ ਜਿਹੜੀ ਹੈਗੀ ਵੋਟ ਪਾਉਣਗੇ ਪ੍ਰੈਜੀਡੈਂਟ ਦੀ ਜੀ। ਤੇ ਉਹ ਪਰ ਕਈ ਥਾਵਾਂ ਤੇ ਹੁੰਦਾ ਵੀ ਜਿਹੜੀ ਸਟੇਟ ਆ ਉਹ ਤਾਂ ਕਿਸੇ ਹੋਰ ਨੂੰ ਜਿਤਾਉਂਦੀ ਆ ਪਰ ਜਿਹੜੇ ਇਲੈਕਟੋਰਲ ਕਾਲਜ ਦੇ ਬੰਦੇ ਨੇ ਉਹ ਕੈਂਡੀਡੇਟ ਹੀ ਨੋਮੀਨੇਟ ਕਰਦਾ ਆਪਣੇ ਜੀ ਮਤਲਬ ਜਾਂ ਉਹਦੀ ਪਾਰਟੀ ਕਰਦੀ ਆ ਜੀ ਤੇ ਉਹ ਕਹਿੰਦੇ ਸਾਨੂੰ ਪਸੰਦ ਹੀ ਨਹੀਂ ਕੈਂਡੀਡੇਟ ਤੇ ਹੋਰ ਪਾਸੇ ਮਤਲਬ ਪਾ ਦਿੰਦੇ ਆ ਤੇ ਉਹਦੇ ਬਾਰੇ ਕੇਸ ਸੀਗਾ ਜਿਵੇਂ ਲਾਸਟ ਟਾਈਮ ਇੱਕ ਸਟੇਟ ਦੇ ਵਿੱਚ ਹਿਲਰੀ ਕਲਿੰਟਨ ਜਿੱਤੇ ਸੀ ਤੇ ਉਹਦਾ ਜਿਹੜਾ ਇੱਕ ਮਤਲਬ ਸੀਗਾ ਇਲੈਕਟੋਰਲ ਕਾਲਜ ਦਾ ਬੰਦਾ ਉਹ ਕਹਿੰਦਾ ਮੈਂ ਇਹਨੂੰ ਲਾਈਕ ਨਹੀਂ ਕਰਦਾ ਮੈਂ ਇਹਨੂੰ ਵੋਟ ਨਹੀਂ ਪਾਉਣੀ ਤੇ ਕਿਉਂਕਿ ਅਲਟੀਮੇਟਲੀ ਵੋਟ ਉਹ ਪਾਉਂਦੇ ਆ ਪ੍ਰੈਜੀਡੈਂਟ ਲਈ ਪਰ ਉਹ ਜਿਹੜੀ ਸਟੇਟ ਆ ਉਹ ਜਿਹੜੀ ਪਾਪੂਲਰ ਵੋਟ ਦੇ ਮੁਤਾਬਕ ਹੁੰਦਾ ਉਹਨਾਂ ਦਾ ਇਹ ਜਿਹਨੂੰ ਮਰਜ਼ੀ ਮਤਲਬ ਜੇ ਉਹ ਸਟੇਟ ਇੱਕ ਪਾਰਟੀਕੁਲਰ ਕੈਂਡੀਡੇਟ ਨੂੰ ਜਿਤਾਉਂਦੀ ਆ ਤਾਂ ਉੱਥੋਂ ਦੇ ਜਿਹੜੇ ਇਲੈਕਟੋਰਲ ਜਿਹੜੀਆਂ ਵੋਟਸ ਵੀ ਉਹਨੂੰ ਪੈਂਦੀਆਂ ਉਸੇ ਕੈਂਡੀਡੇਟ ਨੂੰ ਜੀ। ਉਹ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜਾ ਇਲੈਕਟੋਰਲ ਮਤਲਬ ਬੰਦਾ ਹੈਗਾ ਕਾਲਜ ਦਾ ਮੈਂਬਰ ਆ ਉਹਦੀ ਆਪਣੀ ਮਰਜ਼ੀ ਨਹੀਂ ਹੈਗੀ ਵੀ ਜਿਹਨੂੰ ਮਰਜ਼ੀ ਵੋਟ ਪਾ ਦੇਵੇ ਜੇ ਉਹ ਸਟੇਟ ਨੇ ਇੱਕ ਕੈਂਡੀਡੇਟ ਨੂੰ ਚੁਣਿਆ ਜੇ ਫਰਜ਼ ਕਰੋ ਕਿਸੇ ਸਟੇਟ ਨੇ ਪ੍ਰੈਜੀਡੈਂਟ ਟਰੰਪ ਨੂੰ ਚੁਣਿਆ ਜਾਂ ਕਿਸੇ ਸਟੇਟ ਨੇ ਬਾਈਡਨ ਨੂੰ ਚੁਣਿਆ ਉਹਦੇ ਜਿਹੜੇ ਮੈਂਬਰ ਹੋਣਗੇ ਇਲੈਕਟੋਰਲ ਕਾਲਜ ਦੇ ਉਹ ਉਹਨੂੰ ਹੀ ਵੋਟ ਪਾਉਣਗੇ। ਜੇ ਉਹ ਸਟੇਟ ਦੇ ਵਿੱਚ ਟਰੰਪ ਜਿੱਤਦੇ ਆ ਤਾਂ ਜਿੰਨੇ ਮੈਂਬਰ ਨੇ ਉਹ ਟਰੰਪ ਨੂੰ ਹੀ ਪਾਉਣਗੇ। ਜੇ ਕਿਸੇ ਸਟੇਟ ਦੇ ਵਿੱਚ ਬਾਈਡਨ ਜਿੱਤਦੇ ਆ ਤਾਂ ਉਹਨੂੰ ਪਾਉਣਗੇ। ਜਿਵੇਂ ਹੁਣ ਹਿਲਰੀ ਕਲਿੰਟਨ ਕਿਸੇ ਸਟੇਟ ਦੇ ਵਿੱਚ ਜਿੱਤੇ ਤਾਂ ਜਿਹੜੇ ਉਹ ਜਿਹੜਾ ਉੱਥੋਂ ਦਾ ਬੰਦਾ ਸੀਗਾ ਇਲੈਕਟੋਰਲ ਕਾਲਜ ਦਾ ਉਹ ਕਿਸੇ ਹੋਰ ਨੂੰ ਵੋਟ ਨਹੀਂ ਪਾ ਸਕਦਾ, ਉਹਨੂੰ ਹਿਲਰੀ ਨੂੰ ਹੀ ਪਾਉਣੀ ਪਏਗੀ ਕਿਉਂਕਿ ਉਹਦਾ ਇਲੈਕਟੋਰਲ ਮਤਲਬ ਕਾਲਜ ਦਾ ਬੰਦਾ ਜਿਹਨੂੰ ਕਿ ਉਹਨੇ ਨੋਮੀਨੇਟ ਕੀਤਾ ਕਿਉਂਕਿ ਜਿਹੜਾ ਬੰਦਾ ਖੜਾ ਹੁੰਦਾ ਉਹ ਆਪਣੇ ਬੰਦੇ ਨੋਮੀਨੇਟ ਕਰਦਾ ਉਹ, ਲੇਕਿਨ ਉਹ ਜਿਹੜਾ ਉਹ ਬੰਦੇ ਇਟਸੈਲਫ ਨਹੀਂ ਜਿੱਤੇ ਉਹ ਜਿਹੜੇ ਪਾਪੂਲਰ ਵੋਟ ਦੇ ਮੁਤਾਬਕ ਉਹਨਾਂ ਦਾ ਫੈਸਲਾ ਹੁੰਦਾ। ਜਿਹੜੀ ਸਟੇਟ ਦੇ ਵਿੱਚ ਜਿਹੜੇ ਕੈਂਡੀਡੇਟ ਨੂੰ ਜ਼ਿਆਦਾ ਵੋਟ ਪੈਂਦੀ ਆ ਉਹਦੇ ਜਿਹੜੇ ਉਹ ਇਲੈਕਟੋਰਲ ਕਾਲਜ ਦੇ ਬੰਦੇ ਨੇ ਉਹ ਉਸੇ ਨੂੰ ਮਤਲਬ ਵੋਟ ਪਾ ਸਕਦੇ, ਕਿਸੇ ਹੋਰ ਕੈਂਡੀਡੇਟ ਨੂੰ ਨਹੀਂ ਪਾ ਸਕਦੇ ਉਹ ਵੀ ਮੈਂ ਇਹਨੂੰ ਲਾਈਕ ਨਹੀਂ ਕਰਦਾ। ਇਹ ਕਹਿ ਸਕਦੇ ਜਸਪ੍ਰੀਤ ਜੀ ਇੱਥੇ ਅਫਕੋਰਸ ਇਹ ਜੋ ਮਤਲਬ ਜੋ ਇਨਰ ਵਰਕਿੰਗਸ ਹੈਗੀ ਇੱਥੇ ਦੀ ਕੋਰਟ ਸਿਸਟਮ ਦੀ ਅਤੇ ਇੱਥੇ ਜੋ ਇਲੈਕਸ਼ਨ ਪ੍ਰੋਸੈਸ ਹੈਗੀ ਇਹ ਕਾਫੀ ਡੀਪ ਸਬਜੈਕਟ ਹੈ, ਜ਼ਰੂਰ ਇਹਦੇ 'ਤੇ ਪ੍ਰੋਗਰਾਮ ਫਿਰ ਸਾਨੂੰ ਕਰਨਾ ਪੈਣਾ। ਬਟ ਅਗਰ ਸਿੰਪਲ ਤੋਂ ਸਿੰਪਲ ਸ਼ਬਦਾਂ 'ਚ ਤੁਸੀਂ ਦੱਸਣਾ ਹੋਏ ਕਿ ਇਸ ਡਿਸੀਜਨ ਦਾ ਜੋ ਸੁਪਰੀਮ ਕੋਰਟ ਤੋਂ ਰੀਸੈਂਟਲੀ ਨਿਕਲਿਆ ਹੈ ਇਸ ਇਲੈਕਟੋਰਲ ਕਾਲਜ ਦੇ ਵੋਟ ਨੂੰ ਲੈ ਕੇ, ਇਸ ਸਾਲ ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਕਿਸ ਤਰ੍ਹਾਂ ਇੰਪੈਕਟ ਕਰ ਸਕਦਾ ਹੈ? ਨਹੀਂ ਇਹਦਾ ਤਾਂ ਕੋਈ ਖਾਸ ਇੰਪੈਕਟ ਨਹੀਂ ਹੋਣਾ ਕਿਉਂਕਿ ਪਹਿਲਾਂ ਵੀ ਇਹ ਜਿਹੜੇ ਆਮ ਤੌਰ ਤੇ ਹੁੰਦੇ ਬਹੁਤ ਘੱਟ ਹੁੰਦੇ, ਜਿਵੇਂ ਪਿਛਲੀ ਇਲੈਕਸ਼ਨ ਦੇ ਵਿੱਚ ਦੋ ਬੰਦੇ ਸੀਗੇ ਸਿਰਫ, ਇੱਕ ਆਪਣਾ ਹਿਲਰੀ ਕਲਿੰਟਨ ਦੇ ਸਾਈਡ ਤੇ ਸੀ, ਇੱਕ ਟਰੰਪ ਦੀ ਸੀ ਜਿਨ੍ਹਾਂ ਨੇ ਕਿਹਾ ਸੀ ਨਹੀਂ ਪਾਉਂਦੇ।
पर वो जो सुप्रीम कोर्ट ने वो गल सैटल करती भी जी पॉपुलर वोट आ स्टेट की वो मुताबक ही जो इलैक्टोरल कॉलेज का मैंबर है उन्होंने अपनी वोट देनी पड़ेगी, वो वोट चेंज नहीं कर सकता, स्विच नहीं कर सकता। यदा मतलब जे आप हिस्टोरीकली देखिए तो कोई फर्क नहीं, क्योंकि आम तौर पर जिहड़ी स्टेट के जो कैंडिडेट जिता उधर ही जाते हैं सारे, क्योंकि वो अपने बंदे नॉमीनेट किए होंगे जो पार्टी के, वो कोई वक्रे बंदे नहीं, इंडिपेंडेंट नहीं होंगे, वो तो जो कैंडिडेट ही नॉमीनेट करता भी मेरे आ मैंबर होंगे फलानी स्टेट जी। ते लेकिन यह है भी जे बड़ी क्लोज इलैक्शन हो, जे फर्ज करो बहुत घट मतलब जिम्मे एक अद्धी स्टेट पर अड़ जाए काम तो बहुत ज्यादा मतलब क्लोज, जिम्मे के वो पहला इलैक्शन सी बुश ते गोर की इदा की, वो फर्क पै सकता, वो जो पांच सत्त जो मैंबर है इलैक्टोरल कॉलेज के इधर हो जाए तो वो एक कॉन्स्टिट्यूशनल क्राइसिस हो सकता। इस करके जरा मतलब डिसीजन है ये मतलब क्लोज इलैक्शन के इंपॉर्टेंट है, पर जी क्लोज इलैक्शन नहीं हैगी उसके ज्यादा कोई फर्क नहीं पैंदा, पर उन्होंने इशू सैटल करता कि जिहड़ा इलैक्टोरल कॉलेज का मैंबर है वो अपने आप जिहड़े मर्जी कैंडीडेट वोट नहीं पा सकता, जे वो कैंडीडेट वो स्टेट के जितया वो उसे ही वोट पा सकता, दूजे नहीं पा सकता। जी 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 जसप्रीत जी थैंक यू सो मच, तुसी सानू इस चीज़ बारे भी बड़ी वधिया अपडेट दिती, एंड की ये डिसीजन मायने रखता है जिथे 2020 प्रेजिडेंशियल इलेक्शन की गल आती है। मैं वापस आना चाहती हाँ उस गल ते जिहदे नाल आपां प्रोग्राम शुरू किया जो ये फॉरन स्टूडेंट वीज़ाज नू लैके नवी अनाउंसमेंट है, बिकॉज सानू इस चीज़ नू लैके लिटरली नाल दी नाल मैसेजेस आ रहे कि जसप्रीत जी नू पुछो कि कोई लगता है कि कोई यदी ऑपोजिशन होएगी या ये जो अनाउंसमेंट है पक्के तरीके नाल खास करके इस फॉल 2020 विच डेफिनेटली हुन लागू है। देखो ये ऑपोजिशन तो हो सकती है, मतलब चैलेंज तो होएगा किसी ना किसी कोर्ट के विच, क्यों काफ़ी क्योंकि ये पेटेंटली है तो बहुत ज़्यादा मतलब जिहड़े जिहड़े फॉरन स्टूडेंट्स ने उन्होंने उत्ते काफ़ी ज्यादती है ये, तो ये मतलब उन्होंने हूँ यह ना भी वह हूँ कितने लभन जा जिथे हूँ ऑलरेडी इनरोल्ड है, जे वो क्लासेस ऑनलाइन कर रहे हैं तो हूँ उन्होंने कसूर थोड़ी है फॉरन स्टूडेंट का, कि यह तो हूँ जो कोविड आ गया जी कॉलेज ने पॉलिसी की है भी असं नहीं इन कैंपस करना, जब एक स्टेट का गवर्नर ही ऑर्डर कर दिता भी इतने इन कैंपस नहीं होएगा तो फिर वो किसी होर स्टेट जाएंगे लभन, सो इस करके ये है तो पेटेंटली मतलब गलत, पर यह भी चैलेंज होएगा, पर जिन्नी देर हूँ चैलेंज का पता नहीं कोटा इन किस तरह लेंदियां ने, पर जिन्नी देर चैलेंज नहीं होंगे या कोई स्टे नहीं होंगी उन्नी देर तक ऑर्डर तो यह वैलिड आ, सो एज ऑफ नाओ यह वैलिड आ, पर जे कल नू किसी स्टेट ने स्टे करता या चैलेंज हो गया दैन वील आपको पता लगेगा भी की आ, उदो आप इहदे बारे होर फर्दर जानकारी देंगे, पर हुण लई ये रूल रहेगा। ठीक है जी, देखते हैं किस तरह ये चीज़ डिवेलप होंगी है, एंड तुहानू लगता है कि दिस इज़ मोर जो ट्रेंड डिवेलप हो रहा है यूनाइटेड स्टेट्स विच जिस तरह कोविड हुन वक वक स्टेट्स विच फैल रही है, तुहानू लगता है कि ये जो डिसीजन है ये सिर्फ फॉल 2020 नहीं बट पूरा अगला साल जो स्कूल ईयर का होंदा है फॉल तो लैके स्प्रिंग तक ये चीज़ इन इफेक्ट हो सकती है? हाँ जी हो सकती है, क्योंकि जो कोविड है तो बहुत ज़्यादा मतलब बढ़ रहा, आज डॉक्टर फौची ने भी कहा भी ये जो कोविड है ये तो अजे तो इन्हें होर ज़्यादा अगे जाना, वो तो यह प्रडिक्ट कर रहे भी जिम्मे हूँ अजक मतलब 50,000 तो उपर इन्फेक्शन हो रही ने, हो सकता 1,00,000 तो उपर हो जाए, तो वो नाले फॉल के फ्लू सीजन आना तो फ्लू सीजन के नाल होर प्रॉब्लम है, सो इस करके जो टीचर्स ने उन्हों की सिक्योरिटी लिए जे स्कूल के होर बंदे काम कर ईवन बच्चों के भी जो एक बच्चा इनफेक्ट हों जे वो बच्चा आप बीमार नहीं हुंदा अपने घर जाके अपने घरदियां नूं कर सकदा अपने पेरेंट्स नूं कर सकदा ग्रैंड पेरेंट्स नूं कर सकदा किसी नूं भी कर सकदा इफेक्ट, नाले बच्चों के विच तां जिहड़ी सोशल डिस्टेंसिंग बहुत औखी है रखनी, अजे जिहड़े अडल्ट ने उह तां फिर भी रख सकदे आ, ते जिहड़े हिसाब नाल इत्थे हुण जाने कि आउट ऑफ कंट्रोल जा रहा काम, मेरा नहीं ख्याल भी ज़्यादा स्टेटां दे विच ये जिहड़ी हैगी फॉल दे विच शुरू होएगा, ऑप्शन जरूर दे रहीआं ने मतलब जिहड़े अड अड इंस्टीट्यूशन ने कि तुसीं ऑनलाइन क्लासा भी ला सकते हो, तुसी अधियां क्लासा ऑनलाइन अधियां कैंपस इदां भी कर सकते हो, ये डिपेंड है, पर हो सकता भी उदों जे ना कंट्रोल होया स्टेट दे विच ते ऑनलाइन ही कर देण सारा, सो इट्स मतलब पॉसिबल हैगा।
जसप्रीत जी, इत्थे एक होर मैं तुहाडा ओपिनियन इस चीज़ बारे पुछना चाहती हाँ। काफ़ी स्कूल्स ने अनाउंस करता है कि वह ऑनलाइन मॉडल नूं अपना रहे हैं फॉल ले, जिस तरह कैलिफोर्निया स्टेट का पूरा यूनिवर्सिटी स्टेट सिस्टम ने काफ़ी देर तक अनाउंस किया है कि पूरा वो सब तो कंट्री का वड्डा स्टेट सिस्टम ऑनलाइन फॉल विच कोर्सेज करेगा। कल ही आई थिंक हार्वर्ड ने अनाउंस किया कि वह भी फॉल दे विच ऑनलाइन क्लासेज रखेंगे, बट ट्यूशन वो फुल चार्ज कर रहे हैं। इस चीज़ में लैके तुहाडा की ओपीनियन है कि किसी भी थान पर यह सेंस बनाता है, स्टूडेंट्स इस चीज़ नाल सहमति रखेंगे कि तुसी क्लासेस पूरी ऑनलाइन लै रहे हो बट ट्यूशन तुहानू इन परसन कैंपस की चार्ज की जा रही है? नहीं, है तो यह वैसे बेसिकली गलत है। जो तुम हम ऑन कैंपस है ही नहीं गए, ऑनलाइन के जी है ट्यूशन भी घट होनी चाहिए है, क्योंकि ऑनलाइन तो बंदा घरों पढ़ता अपने तो थानू जी उतों की जी कैंपस की जो फैसिलिटी अवेल ही नहीं कर रहा हो तो पूरी जी ट्यूशन क्यों दे। तो हो सकता है ये भी किसी ना किसी मतलब कोर्ट के चैलेंज हो किसी गवर्नर के ध्यान लिया जाए गल। सो ये जो डिफरेंट स्टेट के गवर्नर ने उही एड्रैस कर सकते हैं, मेरे ख्याल एग्जैक्टिव ऑर्डर करके जा मतलब कोर्ट के भी जा सकता। पर जो हम कई जो स्टूडेंट्स ने कैंपस से रेंदे आ जो होंगे कैंपस के उत्ते रेंदे डॉर्म्स के उन्होंने भी हूँ जे ऑनलाइन ही उन्होंने पढ़ना तो कैंपस के डॉर्म या कमरा लैण की लोड़ है, चार्ज करना गलत होगा। हाँ हाँ वो भी गलत होगा। सो इस करके ये भी इशू उठेगा तो वड्डे लैवल से उठेगा ये। हो सकता है इनू जिहड़ा हैगा प्रेजिडेंट या मतलब जिहड़े गवर्नर्स ने या इवन हाउस ऑफ जसप्रीत सिंह जी, अटर्नी एट लॉ, साडे नाल जुड़े लाइव एवरी ट्यूजडे एट 7:30 ईस्टर्न। एंड अगर तुसी ए शो मिस करता तुसी रात नूं इहदा रिपीट देख सकते हो 12 AM ईस्टर्न, 9 PM पैसिफिक कोस्ट टाइम। जसप्रीत जी, थैंक यू सो मच फॉर ज्वाइनिंग अस। अगले हफ्ते इसे तरह तुहाडे नाल जुड़ांगे। सत श्री अकाल। तो मैं बाकी व्यूअर्स नूं दसना चाहुंदी हां, अगर तुहाडे कोई भी क्वेश्चन है स्क्रीन पर लिखी इनफॉर्मेशन तुसी जसप्रीत जी की नोट कर लो, डायरैक्टली इन्हों कॉन्टैक्ट कर सकते हो। साढ़े कोई सवाल इस शो बारे, इस टॉपिक बारे, तुम सानू भी लिख सकते हो info@justbroadcasting.com, ashmita@justbroadcasting.com। हूँ मैनू दो इजाजत, सत श्रीकाल।